بسم اللہ الرحمن الرحیم. السلام علیکم دوستو, امید ہے سب دوست سب بھائی سب سبسکرائبر سب ویوورز خیریت نال ہوو دے. دوستو میں عمران اسلم وڑیچ, تسی دیکھ رہے ہو اپنا مویشی منڈی ٹی وی. دوستو آج تاریخ ہے 5/8/2019 تے وار بندا ہے دوستو سوموار, تے ویڈیو دا نہیں پتا اج اپلوڈ ہو جاندی کیونکہ کافی ٹائم کئی واری لگ جاندہ ویڈیو نہیں اپلوڈ ہوندی. تے انشاءاللہ امید ہے خیریت نال ہوو دے. تے دوستو اے گاواں وی کچھ بھائیاں نے کچھ دوستاں نے سب نے تقریباً دیکھیاں ہونیاں, تین گاواں آئیاں سن. تے اے گاواں لاہور جا رہیاں نے, میاں گلفام جاوید انہاں دے فارم تے اللہ پاک انہاں نصیب کرے لینیاں چونیاں چگنیاں پینیاں دے جی. اللہ پاک خیر و عافیت نال انہاں دا مال انہاں تک پہنچائے. باقی گلاں دوستو ہوندیاں نے نصیب دیاں, اج ہوری وی ریکویسٹ کردے نے مال جس ٹائم پہنچے گڈی تو اپنا مال چیک کر لو, پاس کر لو, تسلی کر لو, بعد وچ گلے لامے شکوے میرے خیال نہیں بنتے. وہ وجہ دوستو مین وجہ انسان جی چیز دی گارنٹی کونی ہے تاں وی دسیو. اے جاندار کوئی بھی چیز ہے وقت دی گارنٹی ہے, نہ ماضی دی ہے نہ مستقبل دی ہے, حال دی گارنٹی ہے. حال دی کری جڑی گل ہے وہ ویکھ لو, اپنی تسلی پہنچ دیاں تک کر لو. تے باقی اپنے تھن چیک کر لو, چلدے نے چالو نے کوئی نار تے نہیں. باقی اللہ پاک خیر کرے دوستو, ساڈے گھر دا مال نہیں ہوندا. ਅਸੀਂ ਕੋਈ ਤੁਹਾਨੂੰ ਸਬਜ਼ ਬਾਗ ਲੰਮੀਆਂ ਚੌੜੀਆਂ ਗੱਲਾਂ ਨਾ ਕੀਤੀਆਂ ਨੇ ਨਾ ਕਰਨੇ ਆ ਨਾ ਕਰਕੇ ਦਿੰਦੇ ਹਾਂ. ਇਨਸ਼ਾਅੱਲਾ ਪਤਾ ਨਹੀਂ ਕਿਤਨਾ ਚਿਰ ਵਪਾਰ ਕਰਾਂਗੇ, ਕਿਤਨਾ ਚਿਰ ਮਾਲ ਵੇਚਾਂਗੇ, ਲੇਕਿਨ ਇਨਸ਼ਾਅੱਲਾ ਯਾਦ ਕਰੀ ਦੀ ਦੁਨੀਆ ਕਿ ਮਾਲ ਵੇਚ ਕੇ ਗਏ ਨੇ. ਅੱਗੇ ਵੀ ਦੋਸਤੋ ਕਾਫੀ ਅਰਸਾ ਹੋ ਗਿਆ ਸਾਨੂੰ ਇਹ ਕੰਮ ਕਰਦੇ ਹਾਂ. ਅਤੇ ਬਾਕੀ ਫਿਰ ਵੀ ਅੱਲਾ ਪਾਕ ਖੈਰ ਕਰੇਗਾ, ਅੱਲਾ ਪਾਕ ਬਿਹਤਰ ਕਰੇਗਾ. ਅਤੇ ਦੋਸਤੋ ਇਹ ਗਾਵਾਂ ਦੋਵੇਂ 4,40,000 ਵਿੱਚ ਗਈਆਂ ਨੇ ਜੀ. ਅੱਲਾ ਪਾਕ ਉਹਨਾਂ ਨਸੀਬ ਕਰੇ ਜੀ. ਫਿਰ ਮੈਂ ਕਹਾਂਗਾ ਚੋਣੀਆਂ ਪੀਣੀਆਂ ਚੁਗਣੀਆਂ ਦੇ ਜੀ. ਅੱਲਾ ਇਹਨਾਂ ਦੀ ਜ਼ਿੰਦਗੀ ਕਰੇ ਜੀ, ਅੱਲਾ ਪਾਕ ਉਹਨਾਂ ਦੇ ਵਾਸਤੇ ਫਾਇਦਾਮੰਦ ਹੋਣ ਜੀ. ਸਾਡੀ ਦੋਸਤੋ ਐਸੀ ਚੀਜ਼ ਕੰਮ ਵੀ ਆ ਵੀ ਇਹ ਕਿ ਤੁਹਾਨੂੰ ਇਹਨਾਂ 'ਚ ਫਾਇਦਾ ਹੋਵੇ. ਜਿਹੜਾ ਬੰਦਾ ਮਾਲ ਲੈ ਜਾਂਦਾ ਉਹ ਫਾਇਦਾ ਹੁੰਦਾ, ਅੱਛਾ ਹੁੰਦਾ, ਸਾਡਾ ਉਹਦੇ ਫਾਇਦਾ, ਸਾਡੀ ਉਹਦੇ ਜੀਤ ਹੈ. ਅਤੇ ਬਾਕੀ ਅਲਹਮਦੁਲਿਲਾ ਜੀ, ਅੱਲਾ ਤੇਰਾ ਸ਼ੁਕਰ ਹੈ, ਜਿੰਨਾ ਸ਼ੁਕਰ ਅਦਾ ਕਰੀਏ ਦੋਸਤੋ ਉਤਨਾ ਕੰਮ ਹੈ. ਅਤੇ ਇਨਸ਼ਾਅੱਲਾ ਐਂਡ 'ਤੇ ਇੱਕ ਵੈਡ ਦੋਸਤੋ ਦਿਖਾਉਣ ਦਾ, ਗੱਲ ਤਾਂ ਬੜੀ ਸੀ ਉਹਨਾਂ ਦੀ, ਅੱਲਾ ਮਾਫ਼ ਕਰੇ, ਬੜਾ ਜ਼ਾਨ ਹੋਇਆ ਉਹਨਾਂ ਦਾ. ਅਤੇ ਇਤਨੀ ਸ਼ਾਇਦ ਵੀਡੀਓ ਨਹੀਂ. ਬਿਸਮਿਲ੍ਲਾ ਰਹਿਮਾਨ ਰਹੀਮ, ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ. ਜਨਾਬ ਅਸੀਂ ਇਹ ਦੋ ਗਾਏ, ਜਨਾਬ ਮੀਆਂ ਗੁਲਫਾਮ ਜਵੇਦ ਸਾਹਿਬ ਲਾਹੌਰ ਏਅਰਪੋਰਟ ਦੇ ਕਰੀਬ ਅਸੀਂ ਭੇਜ ਰਹੇ ਹਾਂ. ਅੱਲਾ ਪਾਕ ਇਸ ਗੱਡੀ ਨੂੰ, ਇਹਨਾਂ ਗਾਵਾਂ ਨੂੰ, ਇਸ ਗੱਡੀ ਦੇ ਡਰਾਈਵਰ ਨੂੰ ਖੈਰ ਖਰੀਅਤ ਨਾਲ ਪਹੁੰਚਾਏ ਆਪਣੀ ਮੰਜ਼ਿਲੇ ਮਕਸੂਦ ਤੱਕ, ਔਰ ਖੈਰ ਖਰੀਅਤ ਨਾਲ ਇਸ ਗੱਡੀ ਨੂੰ ਵਾਪਸ ਜਾਏ. ਜਨਾਬ ਮੀਆਂ ਗੁਲਫਾਮ ਸਾਹਿਬ, ਸਾਡੀ ਇਹ ਗੁਜ਼ਾਰਿਸ਼ ਹੈ ਜਿਸ ਵਕਤ ਬੱਚੇ ਮਾਲ ਤੁਹਾਡੇ ਕੋਲ ਪਹੁੰਚੇ, ਗਾਵਾਂ ਪੁੱਤਰਾ ਪਾਸ ਕਰ ਲੈਣੀਆਂ ਨੇ, ਅੱਲਾ ਪਾਕ ਤੁਹਾਨੂੰ ਨਸੀਬ ਕਰੇ, ਇਨਸ਼ਾਅੱਲਾ ਜਿੰਨੀਆਂ ਬੱਚੀਆਂ ਰਹਿਣ ਅੱਲਾ ਇਹਨਾਂ ਦੇ ਸਾਹ ਲੰਮੇ ਕਰੇ, ਅਤੇ ਸਾਹ ਨਾਲ ਹੀ ਮਾਲ ਜਿੰਦਾ ਰਹੇ, ਅਤੇ ਅੱਲਾ ਨਸੀਬ ਕਰੇ ਜੀ, ਅੱਲਾ ਪਾਕ ਤੁਹਾਡੇ ਵੀ ਨਸੀਬ ਅੱਛੇ ਕਰੇ. ਬਹੁਤ ਸ਼ੁਕਰੀਆ ਜੀ, ਅਸਲਾਮ ਅਲੈਕੁਮ. ਠੀਕ ਹੈ, ਲੋ ਬੇਟੇ. ਦੋਸਤੋ ਭਾਈ ਹੋਰਾਂ ਵਹਿੜ ਲਈ ਐਂਡ 'ਤੇ ਮੈਂ ਲਾਈ ਹੈ, ਮਾਲ ਮੰਡੀ ਵੇਚ ਕੇ ਆਏ ਨੇ, ਵਹਿੜੇ ਪਾਲਦੇ ਨੇ, ਦੋ ਚਾਰ ਵਹਿੜੇ ਪਾਲਦੇ ਨੇ, ਸਾਲ ਬਾਅਦ ਵੇਚਦੇ ਨੇ, ਵੇਚ ਕੇ ਆਏ ਨੇ, ਉੱਥੇ ਪੈਸੇ ਪਾਉਂਦੇ ਆ, ਪੈਸੇ ਸਾਡਾ ਨੇ, ਅੱਲਾ ਮਾਫ਼ ਕਰ ਦੇ, ਅੱਲਾ ਮਾਫ਼ ਕਰ ਦੇ. ਅਤੇ ਵਹਿੜੀ ਉਹਨਾਂ ਵੇਚਣੀ ਸੀ, ਵਹਿੜੀ ਲਈ ਅੱਜ ਹੀ ਉਹਨਾਂ, ਅਤੇ ਅੱਲਾ ਪਾਕ ਮਾਫ਼ ਕਰ ਦੇ. ਦੋਸਤੋ ਇਹਤਿਆਤ ਕਰੋ, ਜਿਤਨੀ ਕੁ ਕਰ ਸਕਦੇ ਹੋ ਇਹਤਿਆਤ ਕਰੋ, ਮਾਲ ਲੈਂਦਿਆਂ ਦਿੰਦਿਆਂ ਪੈਸੇ ਪਾਉਂਦਿਆਂ ਜੇਬਾਂ 'ਚ ਪਾਉਂਦਿਆਂ, ਕਿਉਂਕਿ ਇਹ ਨਹੀਂ ਕਿ ਵਪਾਰ ਬੰਦਾ ਕਰਦਾ ਪੈਸੇ ਲੈਣ ਦੇਣ ਕਰਦਾ, ਉਂਝ ਵੀ ਜ਼ਰੂਰਤ ਜ਼ਿੰਦਗੀ. ਅਤੇ ਦੋਸਤੋ ਅੱਲਾ ਪਾਕ ਖੈਰ ਕਰੇ ਤਾਂ, ਅੱਲਾ ਪਾਕ ਬਿਹਤਰ ਕਰੇ ਤਾਂ, ਅੱਲਾ ਪਾਕ ਉਹਨਾਂ ਦਾ ਨੁਕਸਾਨ ਪੂਰਾ ਕਰਨਾ, ਬੰਦਾ ਕੋਈ ਵੀ ਨਹੀਂ ਕਰ ਸਕਦਾ. ਦੋਸਤੋ ਉਹਨਾਂ ਵਹਿੜੀ ਦਿੱਤੀ, ਅੱਜ ਹੀ ਉਹਨਾਂ ਲੈ ਲਈ ਹੈ, ਅਤੇ ਵਹਿੜੀ ਦੇ ਮਗਰ ਵੱਛੀ ਹੈ, ਵਹਿੜੀ ਸੂਈ ਹੈ, ਅੱਜ ਹੀ ਵੈੜ ਸੂਈ ਹੈ, ਮੂੰਹ 'ਚ ਚੋਗੀ ਵੈੜ ਹੈ, ਅਤੇ ਕੱਦ ਬਹੁਤ ਉਹ ਤੁਸੀਂ ਖੁਦ ਵੇਖ ਲਿਓ, ਵੈੜ ਦਾ ਸਿੰਘ ਹੈ ਨੇ ਵੈੜੀ ਦੇ, ਥਣ ਠੀਕ ਸੂ, ਕੱਦ ਬਹੁਤ ਠੀਕ ਸੂ, ਕਰਾਸ ਵੈੜ ਹੈ, ਚੋਲਸਤਾਨੀ ਕਰਾਸ ਹੈ, ਵੱਛੀ ਵੀ ਚੋਲਸਤਾਨੀ ਵੈੜ ਨੇ ਦਿੱਤੀ ਹੈ.
तो माशाल्लाह अगू फिर भी साढ़े तुहाडे नसीब ने मुकद्दर ने 2 लाख रुपया दोस्तों इस वैड की कीमत जे मूँह चू चार दान दे साजी सूई है अज ही वैड़ी सूई है वछी दी तू वैड़ी वछी सामने अगे थले बैठी तू दोस्तों किसी दोस्त नू अच्छी लगे तो मतलब दी होवे मेरे नाल राबता कर सकता है। मजीद गलबात जी मैं हम दस दें यदि फैनल ठीक हो गया दोस्तों यदि तस्वीर भी एक दो मैं तुम दे दें साढ़े डेरे तो नहीं आई दोस्तों उन्होंने कार ही बदी तो अज ही वैड़ सूई है वछी वैड़ ने दिती है 2 लाख रुपया दोस्तों यदि कीमत जे वैड़ की मूँह चू चार दान दे ते बाकी गल्लां दोस्तों नसीब दियां ने अल्लाह पाक उन्हां दा घाटा पूरा करे ना असीं कर सकने ना तुसीं अल्लाह पाक ने करना इंशाअल्लाह अल्लाह चा करे दाने जी ठीक है दोस्तों अगली वीडियो तक इजाजत चाहवांदा दुआवां याद रखियो अपना ख्याल रखियो डिस्क्रिप्शन में दोस्तों नंबर दिते हुंदे ने कोशिश करांगा कि मैं वीडियो के फ्रंट से भी नंबर ला दें। अल्लाह हाफिज़ अल्लाह निगहबान।